ਸਬਸਕ੍ਰਾਈਬ ਕਰੋ ਤੁਹਾਡੇ ਆਪਣੇ ਚੈਨਲ ਨਿਊਜ਼ ਲਾਈਨ ਨੂੰ ਅਤੇ ਨਾਲ ਹੀ ਬੈੱਲ ਆਈਕਨ ਨੂੰ ਦਬਾਓ ਲੇਟੈਸਟ ਨਿਊਜ਼ ਸਭ ਤੋਂ ਪਹਿਲਾਂ ਦੇਖਣ ਦੇ ਲਈ। ਮਹਾਰਾਜ ਦੀ ਕਿਰਪਾ ਦੇ ਨਾਲ ਸਾਰੀ ਕਲਗੀ ਦੀ ਸੰਗਤ ਪ੍ਰਸ਼ਾਦ ਸਾਹਿਬ ਦੇ ਥੱਲੇ ਇਕੱਠੇ ਹੋਏ ਹਾਂ। ਆਪਾਂ ਮਹਾਰਾਜ ਨੇ ਬਖਸ਼ਿਸ਼ ਕੀਤੀ ਹੈ, ਇਹ ਆਪਾਂ ਬੇਨਤੀਆਂ ਕਰਨੀਆਂ ਆ ਰਣਜੀਤ ਢੰਡੀਆਂ ਵਾਲੇ ਪ੍ਰਤੀ, ਜਿਹੜਾ ਕਿ ਬੜਾ ਹੀ ਵਿਵਾਦਕ ਪ੍ਰਚਾਰਕ ਹੈ ਅਤੇ ਉਸਨੂੰ 2021-22 ਨੂੰ ਗੁਰਦੁਆਰਾ ਸਾਹਿਬ ਸੱਦਿਆ ਜਾ ਰਿਹਾ ਆ। ਪਹਿਲਾਂ ਵੀ ਕਮੇਟੀ ਨੂੰ ਰਣਵੀਰ ਸਿੰਘ ਪਰਮਾਰ ਹੋਣਾ ਨੂੰ ਬੇਨਤੀਆਂ ਪਹਿਲਾਂ ਵੀ ਕੀਤੀਆਂ 2-3 ਵਾਰੀ, ਮਿਲ ਕੇ ਵੀ ਅੱਜ ਫਿਰ ਸੰਗਤ ਦੇ ਰੂਪ ਵਿੱਚ ਅਸੀਂ ਬੇਨਤੀ ਕਰਨ ਆਏ ਹਾਂ। ਪਰ ਐਸਾ ਪ੍ਰਚਾਰਕ ਕੋਈ ਵੀ ਨਹੀਂ ਸੱਦਣਾ ਚਾਹੀਦਾ ਜਿਹਦੇ ਕਰਕੇ ਆਪਣੇ ਭਾਈਚਾਰੇ ਵਿੱਚ ਪਾੜ ਪਵੇ, ਫਤਿਹ ਸਾਹਿਬ ਜਾਂਦੀ ਲੱਗੇ ਜਾਂ ਦੋ ਘਰ ਬਣ ਜਾਣ ਜਾਂ ਲੜਾਈਆਂ ਝਗੜੇ ਹੋਣ। ਅਸੀਂ ਪਹਿਲਾਂ ਬੇਨਤੀ ਕੀਤੀ ਸੀ ਜੀ ਕਿਸੇ ਧੜੇਬੰਦੀ ਨਾਲ ਕੋਈ ਸੰਬੰਧਿਤ ਨਹੀਂ, ਅਸੀਂ ਸਿਰਫ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸੰਬੰਧਿਤ ਹੈ, ਮਹਾਰਾਜ ਦੇ ਬੱਚੇ ਹਾਂ, ਕੋਈ ਸਾਡਾ ਧੜਾ ਹੋਰ ਨੀਗਾ ਗੁਰੂ ਤੋਂ ਛੱਡ ਕੇ। ਸੋ ਜਿਹੜਾ ਨਾਮ ਜਪਦੇ ਆ ਸਿਧਾਰਤਾਂ ਦੀ ਗੱਲ ਕਰਦੇ ਉਹ ਸਾਰੇ ਸਤਿਕਾਰ ਜੋਗੇ ਆ ਪਿਆਰੇ, ਉਹਨਾਂ ਨੇ ਤੁਸੀਂ ਸਾਰੇ ਜਾਣਦੇ ਹੀ ਆ ਦਰਬਾਰ ਸਾਹਿਬ ਨੇ ਇੱਟਾਂ ਦੀ ਇਮਾਰਤ ਕਹਿ ਦਿੱਤਾ ਜਿਹੜਾ ਕਿ ਸਾਡੀ ਬੈਲ ਆ ਸਾਡੀ ਜਾਨ ਆ, ਉੱਥੇ ਇੰਨੀਆਂ ਇੱਟਾਂ ਨਹੀਂ ਲੱਗੀਆਂ ਜਿੰਨੇ ਉੱਥੇ ਸ਼ਹੀਦਾਂ ਦੇ ਸਿਰ ਲੱਗੇ ਆ, ਚੱਪੇ ਚੱਪੇ 'ਤੇ ਉੱਥੇ ਖੂਨ ਡੁੱਲਿਆ ਸ਼ਹੀਦਾਂ ਨੇ, ਕੁਰਬਾਨੀਆਂ ਕੀਤੀਆਂ ਉਹਨਾਂ ਨੇ। ਸੋ ਪਿਆਰੇ ਨੂੰ ਇੱਟਾਂ ਦੀ ਇਮਾਰਤ ਕਹਿ ਦੇਣਾ, ਅੱਜ ਤੱਕ ਕਿਸੇ ਮੁਗਲ ਨੇ ਵੀ ਨਹੀਂ ਇੱਦਾਂ ਕਿਹਾ, ਕਿਸੇ ਹੋਰ ਸਰਕਾਰ ਨੇ ਵੀ ਇੱਦਾਂ ਨਹੀਂ ਕਿਹਾ ਜਿਹੜੇ ਅੱਜ ਸਾਡੇ ਭਰਾ ਬਣ ਕੇ ਸਾਡੇ ਪੈਸੇ ਸੁਰੇ ਮਾਰ ਰਹੇ ਆ। ਸੋ ਆਪਾਂ ਸਾਰੇ ਉਸ ਸੰਬੰਧੀ ਇਕੱਠੇ ਹੋਏ ਹਾਂ ਵੀ ਐਸਾ ਕੂੜ ਪ੍ਰਚਾਰ ਰੋਕਿਆ ਜਾਵੇ ਸਰੋਵਰਾਂ 'ਤੇ, ਫਿਰ ਕਿੰਤੂ ਪ੍ਰੰਤੂ। ਫਿਰ ਇਹ ਵੀ ਕਹਿ ਦਿੱਤਾ ਗਿਆ ਕਿ ਆ ਕੇ ਜੀ ਮੱਥਾ ਟੇਕਣਾ, ਪਰਿਕਰਮਾ ਕਰਨੀ, ਰਮਾਲਾ ਸਾਹਿਬ ਚੜ੍ਹਾਉਣੇ, ਇਹ ਸਭ ਬਾਹਮਣ ਵਾਦ ਆ। ਫਿਰ ਤਾਂ ਮਤਲਬ ਅਸੀਂ ਗੁਰਦੁਆਰਾ ਸਾਹਿਬ ਆਉਣਾ ਵੀ ਛੱਡ ਦਈਏ, ਮੱਥੇ ਟੇਕਣੇ ਛੱਡ ਦਈਏ, ਗੁਰੂ ਮਹਾਰਾਜ ਸੀਸ ਨਵਾਉਣਾ ਛੱਡ ਦਈਏ, ਰਮਾਲਾ ਸਾਹਿਬ ਚੜ੍ਹਾਉਣਾ ਛੱਡ ਦਈਏ। ਬਹੁਤ ਢੰਗ ਨਾਲ ਸਾਨੂੰ ਕਤਲ ਕੀਤਾ ਰਿਹਾ, ਸਾਨੂੰ ਖਤਮ ਕੀਤਾ ਜਾ ਰਿਹਾ, ਸਾਡੇ ਭਰਾ ਬਣ ਕੇ ਸਾਡੀਆਂ ਸਟੇਜਾਂ 'ਤੇ ਬਹਿ ਕੇ ਸਾਡੇ ਪਿੱਠ ਪਿੱਛੇ ਛੁਰੇ ਖੋਭੇ ਜਾ ਰਹੇ ਆ। ਸੋ ਪਿਆਰਿਓ ਹੋਰ ਆ ਕੇ ਵਾਹਿਗੁਰੂ ਵਾਹਿਗੁਰੂ ਕਰਨ ਨਾਲ ਕੋਈ ਰੱਬ ਦੀ ਪ੍ਰਾਪਤੀ ਨਹੀਂ ਹੁੰਦੀ, ਫਿਰ ਕੀ ਕਰਨ ਨਾਲ ਗਾਲਾਂ ਕੱਢਣ ਨਾਲ ਪ੍ਰਾਪਤੀ ਹੁੰਦੀ ਆ। ਫਿਰ ਤੁਸੀਂ ਦੇਖੋ ਆਖੇ ਜੀ ਜਦੋਂ ਪੁੱਛਿਆ ਗਿਆ ਵੀ ਤੁਸੀਂ ਕਿਉਂ ਕਰਦੇ ਸਟੇਜਾਂ ਚੜ੍ਹ ਕੇ ਇੱਦਾਂ, ਫਿਰ ਗੱਲ ਹੋਰ ਤਾਂ ਕੋਈ ਆਈ ਨਹੀਂ, ਕਹਿ ਦਿੱਤਾ ਆਖੇ ਜੀ ਮੈਂ ਦਿਮਾਗ ਦੀ ਕਸਰਤ ਕਰਦਾ ਵੀ ਵਾਹਿਗੁਰੂ ਵਾਹਿਗੁਰੂ ਦਿਮਾਗ ਦੀ ਕਸਰਤ, ਇਹ ਕਿਹੜੀ ਕਸਰਤ ਹੋਈ ਬਈ, ਇਹ ਬਹੁਤ ਢੰਗ ਨਾਲ ਸਾਨੂੰ ਤੋੜਿਆ ਜਾ ਰਿਹਾ। ਫਿਰ ਕਹਿ ਦਿੱਤਾ ਗਿਆ ਕਿ ਜੇ ਕੋਲ ਕੋਈ ਬਾਟਾ ਰੱਖ ਕੇ ਪੰਜ ਬਾਣੀਆਂ ਦਾ ਜਾਪ ਕਰੇ ਅਖੇ ਅੰਮ੍ਰਿਤ ਨਹੀਂ ਬਣ ਜਾਂਦਾ, ਸਿੱਧੀ ਸਾਡੇ ਅੰਮ੍ਰਿਤ 'ਤੇ ਅਟੈਕ ਕੀਤਾ ਜਾ ਰਿਹਾ, ਸਾਨੂੰ ਬੜੇ ਢੰਗ ਨਾਲ ਮਾਰਿਆ ਜਾ ਰਿਹਾ ਆ। ਕੱਲ੍ਹ ਵੀ ਤੁਸੀਂ ਸਾਰਿਆਂ ਨੇ ਸੁਣੀ ਹੋਣੀ ਆ ਗੱਲ ਕਹਿ ਦਿੱਤੀ ਗਈ, ਅੱਧਾ ਘੰਟਾ ਇੱਥੋਂ ਦੀ ਸਰਕਾਰ ਦੇ ਗੁਣ ਗਾ ਕੇ, ਗੋਰਿਆਂ ਦੇ ਗੁਣ ਗਾ ਕੇ ਮੁੜ ਕੇ ਕਿਹਾ ਕੀ ਗਿਆ ਅਖੇ ਜੀ ਅਸੀਂ ਤਾਂ ਗਾਤਰੇ ਹੀ ਪਾ ਕੇ ਦਿਖਾਏ ਆ, ਦੁਮਾਲੇ ਬੰਨ ਕੇ ਦਿਖਾਏ, ਚੋਲੇ ਪਾ ਕੇ ਦਿਖਾਏ ਆ, ਸਾਡੀ ਬਦਨਾਮੀ ਧਰਮ ਦੀ ਉਹਨਾਂ ਨੂੰ ਜਾਣ ਜਾਣ ਕੇ ਦਿਖਾ ਰਹੇ ਵੀ ਸਾਡਾ ਫੇਵਰ ਕਰ। 1469 ਤੋਂ ਲੈ ਕੇ ਹੁਣ ਤੱਕ ਅੱਜ ਤੱਕ ਜਿਹਨੇ ਵੀ ਗੁਰਸਿੱਖੀ ਦਾ ਪ੍ਰਚਾਰ ਕੀਤਾ ਆ, ਜਿਹਨੇ ਵੀ ਗੁਰਸਿੱਖੀ ਦਾ ਪ੍ਰਚਾਰ ਕੀਤਾ ਇਨਕਲੂਡਿੰਗ ਗੁਰੂ ਮਹਾਰਾਜ ਤੋਂ ਸਮੇਂ ਤੋਂ ਲੈ ਕੇ 10 ਗੁਰੂ ਸਾਹਿਬਾਨਾਂ ਤੋਂ ਲੈ ਕੇ ਕੋਈ ਵੀ ਧਾਰਮਿਕ ਪ੍ਰਚਾਰਕ ਹੋਇਆ, ਸਰਕਾਰਾਂ ਨੇ ਹਮੇਸ਼ਾ ਨੂੰ ਖਤਮ ਕੀਤਾ, ਉਹਨੂੰ ਮਾਰਿਆ ਗਿਆ। ਜੇ ਹੁਣ ਸਰਕਾਰਾਂ ਇਹਨਾਂ ਬੰਦਿਆਂ ਨੂੰ ਫੇਵਰ ਕਰ ਰਹੀਆਂ, ਤੁਸੀਂ ਆਪ ਹਿਸਾਬ ਲਾ ਲਓ ਇਹਦੇ ਕੀ ਹਿਸਾਬ ਹੋ ਸਕਦਾ ਆ। ਗੁਰੂ ਮਹਾਰਾਜ ਤੱਪੀਆਂ ਤਵੇ 'ਤੇ ਬਿਠਾਇਆ ਜਾ ਰਿਹਾ, ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਚੱਕੀਆਂ ਪੀਸ ਰਹੇ ਆ, ਗੁਰੂ ਗੋਬਿੰਦ ਸਿੰਘ ਨੂੰ ਜੰਗਾਂ ਕਰਨੀਆਂ ਪੈ ਰਹੀਆਂ ਆ, ਪੁੱਤ ਸ਼ਹੀਦ ਹੋ ਗਿਆ, ਪੰਥ ਸ਼ਹੀਦ ਹੋ ਰਿਹਾ ਆ, ਉਹਨਾਂ ਸਰਕਾਰਾਂ ਦੀ ਟੱਕਰ ਆ, ਦਰਬਾਰ ਸਾਹਿਬ 'ਤੇ ਹਮਲਾ ਆ, ਇਹਨਾਂ ਬੰਦਿਆਂ ਨੂੰ ਉਹੀ ਸਰਕਾਰਾਂ ਜਾ ਕੇ ਦੇ ਰਹੀਆਂ ਸਿਕਿਉਰਿਟੀ, ਅਤੇ ਕੋਈ ਨਾ ਕੋਈ ਇਹਦੇ ਵਿੱਚ ਘਬਰਾਹਟ ਹੋ ਚੁੱਕਾ ਆ। ਇਹ ਬੜੇ ਹਿਸਾਬ ਨਾਲ ਸਾਨੂੰ ਬਹੁਤ ਹੀ ਇੱਕ ਗੁੱਝੀ ਸਾਜਿਸ਼ ਅਨੁਸਾਰ ਮਾਰਿਆ ਜਾ ਰਿਹਾ ਆ, ਮਿੱਠੀ ਗੋਲੀ ਦੇ ਕੇ ਜ਼ਹਿਰ ਦਿੱਤੀ ਜਾ ਰਹੀ ਹੈ। ਸੋ ਪਿਆਰੋ ਇਹਨਾਂ ਚੀਜ਼ਾਂ ਤੋਂ ਬਚਣ ਦੀ ਜ਼ਰੂਰਤ ਹੈ, ਆਪਣਾ ਭਾਈਚਾਰਾ ਕਿਸੇ ਦੇ ਵਿਚਾਰ ਕੋਠੋ ਸਾਡੇ ਕਿਸੇ ਦੇ ਕੋਠੋ ਹੋ ਸਕਦੇ ਆ, ਪਰ ਜਿੱਥੇ ਗੱਲ ਆਪਣੀ ਪੰਥਕ ਏਕਤਾ ਦੀ ਆਈ, ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਆਉਂਦੀ ਆ, ਇਤਿਹਾਸ ਦੀ ਆਉਂਦੀ ਆ, ਉੱਥੇ ਕੋਈ ਵੀ ਕਿਸੇ ਨਾਲ ਕੋਈ ਕੰਪਰੋਮਾਈਜ਼ ਕਰਨਾ ਬਹੁਤ ਹੀ ਸਹੀ ਗੱਲ ਨਹੀਂ। ਲੜਾਈਆਂ ਪਹਿਲਾਂ ਜਿਹੜੀ ਗੱਲ ਨਾਲ ਜਿਹੜੀ ਗੱਲ ਨਾਲ ਆਪਸ ਵਿੱਚ ਬੋਲਚਾਲ ਬੰਦ ਹੋਵੇ ਉਹ ਕੰਮ ਕਦੀ ਵੀ ਨਹੀਂ ਕਰਨਾ ਚਾਹੀਦਾ, ਖਾਸ ਕਰ ਗੁਰੂ ਘਰ ਦੇ ਵਿੱਚ। ਸੋ ਪਿਆਰਿਓ ਇਤਿਹਾਸ ਨੂੰ ਵੀ ਬਦਲਿਆ ਜਾ ਰਿਹਾ ਕਿ ਬਾਬਾ ਆਖੇ ਜੀ ਬਚਿੱਤਰ ਸਿੰਘ ਨੇ ਅੱਖ ਜਨਾਕਣੀ ਮਾਰ ਕੇ ਮੱਥੇ ਚੰਨੀ, ਐਸੀਆਂ ਗੱਲਾਂ ਅਸੀਂ ਇਤਿਹਾਸ ਦੁਬਾਰ ਤੋਂ ਲਿਖ ਦਿਆਂਗੇ। ਇਤਿਹਾਸ ਪਿਆਰਿਓ ਕੌਮ ਕਿਸੇ ਨੂੰ ਖਤਮ ਕਰਨਾ ਹੋਵੇ ਉਹਦੀ ਲੈਂਗੁਏਜ ਤੋਂ ਤੋੜ ਦਿਓ, ਉਹਦਾ ਲੈਂਡ ਖੋਲੋ, ਉਹਦੇ ਪਾਣੀ ਖੋਲੋ, ਉਹਦੇ ਇਤਿਹਾਸ ਤੋਂ ਸ਼ਰਧਾ ਤੋੜ ਦਿਓ, ਉਹਦੇ ਗ੍ਰੰਥਾਂ ਤੋਂ ਸ਼ਰਧਾ ਤੋੜ ਦਿਓ। ਉਹ ਅੱਜ ਬੜੇ ਭਾਰੀ ਤੌਰ 'ਤੇ ਤੋੜੀ ਜਾ ਰਹੀ ਆ, ਜੇ ਸਾਡੇ ਕੋਲ ਸਾਡਾ ਇਤਿਹਾਸ ਨਹੀਂ, ਸਾਡੇ ਗ੍ਰੰਥ ਨਹੀਂ, ਅਸੀਂ ਕੱਖ ਦੇ ਨਹੀਂ। ਸਾਨੂੰ ਬਹੁਤ ਹੀ ਯੋਜਨਾਬੰਦ ਤਰੀਕੇ ਨਾਲ ਇਹ ਪਿੱਛੋਂ ਚੱਕ ਥੱਲ ਕੇ ਵਿਗਾੜਿਆ ਜਾ ਰਿਹਾ ਅਤੇ ਮਾਰਿਆ ਜਾ ਰਿਹਾ ਆ। ਸਾਡਾ ਕੋਈ ਵੱਟ ਬੰਦੇ ਦੇ ਸਾਥ ਨਹੀਂ, ਸਾਡੀ ਕੋਈ ਪਰਸਨਲ ਦੁਸ਼ਮਣੀ ਕਿਸੇ ਨਾਲ ਨਹੀਂ ਹੈਗੀ,
ਨਾ ਤੁਹਾਡੀ ਆ ਨਾ ਸਾਡੀ ਆ, ਪਰ ਇਹ ਗੱਲ ਹੈਗੀ ਸਿਧਾਂਤਾਂ ਦੀ। ਜਿਹੜੇ ਹਿਸਾਬ ਨਾਲ ਇਹ ਗੱਲਾਂ ਕੀਤੀਆਂ ਜਾ ਰਹੀਆਂ ਆ, ਇਹਨਾਂ ਤੋਂ ਬਚਣ ਦੀ ਜ਼ਰੂਰਤ ਹੈ ਬਹੁਤ ਭਾਰੀ ਤਰੀਕੇ ਨਾਲ। ਇਹ ਤਾਂ ਐਸੇ ਪਾੜ ਪੈ ਜਾਣਗੇ, ਅਸੀਂ ਆਪਣੇ ਭਰਾ ਕਿਸੇ ਨੂੰ ਫਤਿਹ ਬੁਲਾਉਣ ਤੋਂ ਵੀ ਜਾਂਦੇ ਰਹਾਂਗੇ, ਉਹਦਾ ਕੋਈ ਫਾਇਦਾ ਨਹੀਂ ਰਹਿਣਾ। ਇਤਿਹਾਸਿਕ ਸਰੋਵਰਾਂ ਨੂੰ, ਇਤਿਹਾਸਿਕ ਸਥਾਨਾਂ ਨੂੰ ਇਹ ਗੱਲਾਂ ਕਰਨ ਵਾਲੀਆਂ ਨਹੀਂ ਹੈਗੀਆਂ। ਗੱਲ ਕਰਨ ਦਾ ਇੱਕ ਤਰੀਕਾ ਹੁੰਦਾ, ਜੇ ਤੁਸੀਂ ਕਹਿਣਾ ਹੀ ਆ ਚੋਲਿਆਂ ਨੂੰ, ਜਾਂ ਤੁਸੀਂ ਕਹਿਣਾ ਹੀ ਆ ਕਿ ਕਿਰਪਾਨਾਂ ਨੂੰ ਜਾਂ ਦੁਮਾਲਿਆਂ ਨੂੰ, ਉਹਨੂੰ ਕਹੋ ਭਾਈ ਵੀ ਗੁਰੂ ਸਾਨੂੰ ਸਿਧਾਂਤ ਬਖਸ਼ਿਆ ਸੀ, ਉਹ ਸਿਧਾਂਤ ਲੈ ਕੇ ਦੂਜੇ ਲੋਕ ਤਰੱਕੀ ਕਰ ਰਹੇ ਆ, ਅਸੀਂ ਪਿਆਰੇ ਅਸੀਂ ਗੁਰੂ ਦੇ ਸਿੱਖ ਆ, ਅਸੀਂ ਸਮਾਂ ਤਰੱਕੀ ਕਰੀਏ। ਪਰ ਨਹੀਂ, ਉਸ ਹਿਸਾਬ ਨਾਲ ਨਹੀਂ ਕੀਤਾ ਜਾ ਰਿਹਾ। ਸਾਨੂੰ ਸਮਾਂ ਸਾਡੇ ਗਾਤਰਿਆਂ ਤੋਂ, ਸਾਡੇ ਦੁਮਾਲਿਆਂ, ਸਾਡੇ ਬਾਣੇ ਤੋਂ ਤੋੜਿਆ ਜਾ ਰਿਹਾ ਆ। ਗੁਰੂ ਮਹਾਰਾਜ ਇੱਕ ਆਮ ਇਨਸਾਨ ਹੀ ਆ, ਸਭ ਤੋਂ ਵੱਖਰਾ ਉਹਨਾਂ ਨੇ ਕੀ ਕੀਤਾ? ਆਹ ਗੱਲ ਕਹਿਣੀ ਕੋਈ ਬਣਦੀ ਗੱਲ? ਆਪਣੇ ਪੁੱਤ ਸ਼ਹੀਦ ਕਰਵਾਓ, ਫਿਰ ਚਲੋ ਜਾ ਕੇ ਤਲੀਆਂ 'ਤੇ ਬੈਠ ਕੇ ਦਿਖਾਓ, ਕਰੋ ਕੋਈ ਮਨੁੱਖਤਾ ਦਾ ਭਲਾ। ਸੋ ਅੱਜ ਕੱਲ੍ਹ ਬਹੁਤ ਚੱਲ ਰਿਹਾ ਆ ਕੰਮ, ਪਾਣੀ ਗੰਧਲੇ ਹੋ ਰਹੇ, ਕੈਂਸਰਾਂ ਫੈਲ ਰਹੀਆਂ ਆ, ਲੋਕ ਮਰ ਰਹੇ ਆ ਸੜਕਾਂ 'ਤੇ, ਕੁਛ ਕਰੋ ਫਿਰ ਜਾ ਕੇ। ਪਰ ਨਹੀਂ, ਸਟੇਜਾਂ 'ਤੇ ਬਹਿ ਕੇ ਸਰਵ ਸਿਰਫ ਕਿੰਤੂ ਪ੍ਰੰਤੂ ਹੀ ਕਰਨਾ ਆ, ਕਿੰਤੂ ਪ੍ਰੰਤੂ 'ਤੇ ਹੀ ਜ਼ੋਰ ਦਿੱਤਾ ਜਾ ਰਿਹਾ ਆ। ਵੀ ਅਸੀਂ ਹੁਣ ਆਪਣੇ ਇਤਿਹਾਸ, ਜੇ ਇਕੱਲੀ ਗੱਲ ਇੱਥੇ ਤੱਕ ਹੀ ਆਉਂਦੀ ਆ ਵੀ ਸਿਰਫ ਹਰਿਮੰਦਰ ਸਾਹਿਬ ਇੱਕ ਇੱਟਾਂ ਦੀ ਇਮਾਰਤ ਹੀ ਆ, ਤੇ ਜਦੋਂ ਮੱਸਾ ਰੰਗੜ ਉੱਥੇ ਗਿਆ ਸੀਗਾ, ਜਦੋਂ ਮੱਸਾ ਰੰਗੜ ਉੱਥੇ ਗਿਆ ਸੀਗਾ, ਤਾਂ ਉਸਨੇ ਜਾ ਕੇ ਉੱਥੇ ਮੰਜਾ ਡਾਹਿਆ ਸੀ, ਨਾਚ ਕਰਵਾਏ ਸੀ, ਉਦੋਂ ਅਸੀਂ ਜਾ ਕੇ ਸ਼ਹੀਦੀਆਂ ਕਿਉਂ ਪਾਈਆਂ, ਜੰਗਾਂ ਕਿਉਂ ਕੀਤੀਆਂ ਉੱਥੇ? ਮਹਾਰਾਜ ਦੇ 52 ਹੁਕਮਾਂ 'ਚੋਂ ਇੱਕ ਹੁਕਮ ਆਉਂਦਾ ਜੀ, ਕਹਿ ਕੇ ਮੈਂ ਸਮਾਪਤੀ ਕਰਨ ਲੱਗਿਆ। ਮੈਂ ਇਹ ਗੱਲ ਕਰਨੀ ਆ ਜੀ, ਇੱਕ ਲਾਸਟ ਗੱਲ ਕਰਕੇ ਸਮਾਪਤੀ ਕਰਦਾ ਆ। ਮਹਾਰਾਜ ਦਾ 52 ਹੁਕਮਾਂ 'ਚੋਂ ਇੱਕ ਹੁਕਮ ਆ, ਵਚਨ ਕਰਕੇ ਪਾਲਣਾ। ਇਹਨਾਂ ਬੰਦਿਆਂ ਨੇ ਇਹਨਾਂ ਦੀ ਆਪ ਦੀ ਵੀਡੀਓ ਆ, ਮੈਂ ਕੋਈ ਬਣਾ ਗੱਲ ਨਹੀਂ ਕਰ ਰਿਹਾ, ਇਹਨਾਂ ਦੀ ਆਪ ਦੀ ਵੀਡੀਓ ਆ।